ਅੱਜ ਦੇ ਸਮੇਂ ਵਿੱਚ ਜਦੋਂ ਅਸੀਂ ਬਾਜ਼ਾਰ ਕਿਸੇ ਵੀ ਤਰ੍ਹਾਂ ਦੀ ਖਰੀਦਦਾਰੀ ਕਰਨ ਜਾਂਦੇ ਹਾਂ ਜਾਂ ਕਿਸੇ ਵੀ ਮੁੱਲ 'ਤੇ ਕੁਝ ਖਰੀਦਦੇ ਹਾਂ ਤਾਂ ਸਾਡੇ ਵਿੱਚੋਂ ਜ਼ਿਆਦਾਤਰ ਲੋਕ 1, 2 ਜਾਂ 5 ਰੁਪਏ ਨੂੰ ਵਾਪਸ ਮੰਗਣ ਲਈ ਥੋੜ੍ਹੀ ਸ਼ਰਮ ਮਹਿਸੂਸ ਕਰਦੇ ਨੇ ਅਤੇ ਇੱਥੇ ਜੇਕਰ ਕਿਸੇ ਲੋੜਵੰਦ ਨੂੰ 1 ਰੁਪਈਆ ਵੀ ਦੇਣਾ ਪੈ ਜਾਵੇ ਤਾਂ ਅੱਧਾ ਘੰਟਾ ਖਰਾਬ ਕਰਕੇ ਵੀ ਉਸਨੂੰ ਜਲੀਲ ਕਰਨ ਵਿੱਚ ਕਿਸੇ ਵੀ ਤਰ੍ਹਾਂ ਦੀ ਢਿੱਲ ਨਹੀਂ ਕਰਦੇ। ਇਹ ਕਿੱਥੋਂ ਦੀ ਸਿਆਣਪ ਹੈ? ਅਸੀਂ ਤੁਹਾਨੂੰ ਇੱਕ ਉਦਾਹਰਣ ਦੇ ਜ਼ਰੀਏ ਸਮਝਾਉਣ ਦੀ ਕੋਸ਼ਿਸ਼ ਕਰਦੇ ਹਾਂ। ਕਈ ਕੰਪਨੀਆਂ ਆਪਣੇ ਸਮਾਨ ਨੂੰ 49, 99 ਜਾਂ 999 ਅਜਿਹੇ ਰੇਟਾਂ ਦਾ ਟੈਗ ਲਾ ਕੇ ਵੇਚਦੀਆਂ ਨੇ ਅਤੇ ਸਾਡੇ ਵਿੱਚੋਂ ਬਹੁ ਗਿਣਤੀ ਉਹਨਾਂ ਲੋਕਾਂ ਦੀ ਹੈ ਜਿਹੜੇ ਕਿ 49, 99 ਜਾਂ 999 ਦੀ ਚੀਜ਼ ਲੈ ਕੇ 1 ਰੁਪਈਆ ਵਾਪਸ ਹੀ ਨਹੀਂ ਲੈਂਦੇ। ਅਤੇ ਲਈਏ ਕਿਵੇਂ? ਸਾਡੀ ਸ਼ਾਨ ਜੋ ਘੱਟਦੀ ਹੈ। ਹੁਣ ਤੁਹਾਨੂੰ ਦੱਸਦੇ ਹਾਂ ਕਿ ਇਹ 1 ਰੁਪਈਆ ਸਾਲ ਵਿੱਚ ਕਰੋੜਾਂ ਕਿਵੇਂ ਬਣਦਾ ਹੈ। ਮੰਨ ਲਓ ਸਾਡੇ ਦੇਸ਼ ਵਿੱਚ ਇੱਕ ਨਾਂ ਦੇ 1500 ਸਟੋਰ ਨੇ। ਉਹਨਾਂ ਵਿੱਚੋਂ ਹਰ ਇੱਕ ਸਟੋਰ ਵਿੱਚ ਰੋਜ਼ਾਨਾ 500 ਬੰਦੇ ਆਉਂਦੇ ਨੇ ਜੋ ਕਿ 49, 99 ਜਾਂ 999 ਵਾਲਾ ਕੋਈ ਵੀ ਸਮਾਨ ਖਰੀਦਦੇ ਨੇ ਅਤੇ ਜ਼ਿਆਦਾਤਰ 1 ਰੁਪਈਆ ਵਾਪਸ ਨਹੀਂ ਲੈਂਦੇ। ਅਤੇ ਜੇਕਰ ਇਸਦਾ ਹਿਸਾਬ ਲਾਈਏ ਤਾਂ 1 ਦਿਹਾੜੀ ਦਾ 500 ਰੁਪਈਆ ਬਣ ਜਾਂਦਾ ਹੈ। ਅਤੇ ਜੇਕਰ ਇਸਨੂੰ ਸਾਲ ਨਾਲ ਟੋਟਲ ਕਰੀਏ 500 × 365 ਤਾਂ 182,500 ਰੁਪਇਆ ਬਣ ਜਾਂਦਾ ਹੈ। ਅਤੇ ਪੂਰੇ ਦੇਸ਼ ਵਿੱਚ 1500 ਸਟੋਰ ਨੇ ਅਤੇ ਇਸ ਹਿਸਾਬ ਨਾਲ 182,500 ਨੂੰ 1500 ਨਾਲ ਗੁਣਾ ਕਰੀਏ ਤਾਂ ਟੋਟਲ 27,37,50,000 ਰੁਪਈਆ ਬਣ ਜਾਂਦਾ ਹੈ। ਅਤੇ ਸਾਰਾ ਪੈਸਾ ਬਿਨਾਂ ਬਿੱਲ ਤੋਂ ਹੁੰਦਾ ਹੈ, ਭਾਵ ਕਿਸੇ ਵੀ ਤਰ੍ਹਾਂ ਦਾ ਕੋਈ ਟੈਕਸ ਨਹੀਂ ਲੱਗਦਾ ਇਸ ਪੈਸੇ 'ਤੇ। ਜੇਕਰ ਸੋਚਿਆ ਜਾਵੇ ਤਾਂ 27 ਕਰੋੜ ਰੁਪਈਆ ਕੋਈ ਛੋਟੀ ਰਕਮ ਨਹੀਂ ਹੁੰਦੀ। ਇੱਥੇ ਜੇਕਰ ਅਸੀਂ ਹਿਸਾਬ ਲਾਈਏ, ਜੇਕਰ ਅਸੀਂ 10 ਲੱਖ ਰੁਪਏ ਦੇ ਹਿਸਾਬ ਨਾਲ ਵੀ ਇੱਕ ਮਕਾਨ ਤਿਆਰ ਕਰੀਏ ਤਾਂ ਅਸੀਂ ਲਗਭਗ 2700 ਬੰਦਿਆਂ ਨੂੰ ਉਹਨਾਂ ਦਾ ਘਰ ਬਣਾ ਕੇ ਦੇ ਸਕਦੇ ਹਾਂ। ਪਰ ਅਸੀਂ ਇਹਨਾਂ ਗੱਲਾਂ ਵੱਲ ਧਿਆਨ ਹੀ ਨਹੀਂ ਦੇ ਰਹੇ, ਅਸੀਂ ਆਪ ਹੀ ਆਪਣੀ ਲੁੱਟ ਦੇ ਕਸੂਰਵਾਰ ਬਣਦੇ ਜਾ ਰਹੇ ਹਾਂ। ਜੇਕਰ ਅਸੀਂ ਆਪ ਹੀ ਲੁੱਟੇ ਜਾਣ ਦਾ ਮਨ ਬਣਾ ਲਿਆ ਤਾਂ ਕੋਈ ਵੀ ਸਾਨੂੰ ਬਚਾ ਨਹੀਂ ਸਕਦਾ। ਅਸੀਂ ਆਸ ਕਰਦੇ ਹਾਂ ਕਿ ਤੁਸੀਂ 1 ਰੁਪਏ ਦੀ ਕੀਮਤ ਤੋਂ ਚੰਗੀ ਤਰ੍ਹਾਂ ਜਾਣੂ ਹੋ ਗਏ ਹੋਵੋਗੇ ਅਤੇ ਅੱਗੇ ਤੋਂ ਖਰੀਦਦਾਰੀ ਕਰਨ ਸਮੇਂ 1 ਰੁਪਇਆ ਵਾਪਸ ਮੰਗਣ ਤੋਂ ਸ਼ਰਮ ਨਹੀਂ ਕਰੋਗੇ। ਅਸੀਂ ਆਸ ਕਰਦੇ ਹਾਂ ਕਿ ਤੁਹਾਨੂੰ ਇਹ ਵੀਡੀਓ ਚੰਗੀ ਲੱਗੀ ਹੋਵੇਗੀ। ਜੇਕਰ ਚੰਗੀ ਲੱਗੀ ਤਾਂ ਵੱਧ ਤੋਂ ਵੱਧ ਸ਼ੇਅਰ ਵੀ ਕਰੋ ਅਤੇ ਸਾਡਾ ਚੈਨਲ ਵੀ ਸਬਸਕ੍ਰਾਈਬ ਕਰ ਲਓ। ਧੰਨਵਾਦ।